ਅੱਜ ਅਸੀਂ ਤੁਹਾਨੂੰ ਸਰਬਲੋ ਦੇ ਭਾਂਡੇ ਦੇ ਵਿੱਚ ਜਿਹੜਾ ਜੂਸ ਜਿਹੜਾ ਹੈ ਖਵਾਉਣ ਲੱਗੇ ਹੈ। ਜੀ ਹਾਂ, ਤੁਸੀਂ ਸੋਚ ਰਹੇ ਹੋਗੇ ਖਵਾਉਣ ਲੱਗੇ ਹੈ, ਜੂਸ ਤਾਂ ਪਿਲਾਇਆ ਜਾਂਦਾ, ਪਰ ਸਾਡੇ ਨਾਲ ਇੱਕ ਬਾਬਾ ਜੀ ਮੌਜੂਦ ਨੇ ਜੋ ਕਿ ਜੂਸ ਜਿਹੜਾ ਹੈ ਖਵਾਉਂਦੇ ਆ, ਨਾ ਕਿ ਪਿਲਾਉਂਦੇ। ਪਹਿਲਾਂ ਤਾਂ ਇਹ ਦੱਸੋ, ਇੰਨਾ ਸਰਬਲੋ ਦੇ ਭਾਂਡੇ ਦੇ ਵਿੱਚ ਜਿਹੜਾ ਆ ਲੋਕਾਂ ਨੂੰ ਜੂਸ ਖਵਾ ਰਹੇ ਹੋ, ਸਾਰੇ ਕਨਫਿਊਜ਼ ਹੈ, ਜੂਸ ਤਾਂ ਪੀਤਾ ਜਾਂਦਾ, ਇਹ ਖਾਧਾ ਜਾ ਰਿਹਾ? ਹਾਂਜੀ, ਇਹ ਆਪਣੀ ਵੈਰਾਇਟੀ ਤਿਆਰ ਕਰੀ ਸਾਡੀ, ਮਤਲਬ ਕਿਸੇ ਤੋਂ ਸਿੱਖੀ ਨਹੀਂ ਹੈਗੀ, ਨਾ ਕਿਤੇ ਕਿਸੇ ਦੀ ਨਕਲ ਹੈ, ਆਪਣੇ ਆਪ ਤਿਆਰ ਕਰਿਆ ਸੀ। ਇਹਨੂੰ ਅਸੀਂ ਨਾਂ ਕਹਿੰਦੇ ਦਿੱਤਾ ਭਭੂਤੀ ਸ਼ੇਕ, ਅਸੀਂ ਆਪਣੇ ਕਹਿੰਦੇ ਨਾਮ ਦਿੱਤਾ ਹੋਇਆ ਇਹਨੂੰ। ਇਹ ਕਾਫੀ ਸਟਰੋਂਗ ਹੁੰਦਾ ਹੈ, ਇਹ 'ਚ ਗਾਈਆਂ ਦਾ ਦੁੱਧ ਪਾਉਣਾ ਹੀ ਬਿਲਕੁਲ ਪਿਓਰ, ਮਤਲਬ ਕੋਈ ਵਿੱਚ ਰੰਗ ਜਾਂ ਪਾਣੀ ਕੋਈ ਸੱਚੀ ਦੀ ਮਿਲਾਵਟ ਨਹੀਂ ਕੀਤੀ ਜਾਂਦੀ, ਕੋਈ ਸਿੰਥੈਟਿਕ ਇੱਦਾਂ ਦੀਆਂ ਚੀਜ਼ਾਂ ਨਹੀਂ ਪੈਂਦੀਆਂ। ਮੁੱਲਾ ਪਰ ਗੇੜਾ ਲੱਗਦਾ ਲੁਧਿਆਣੇ ਤੋਂ, ਅਸੀਂ ਜਦੋਂ ਵੀ ਗੇੜਾ ਲੱਗਦਾ ਅਸੀਂ ਪੀ ਕੇ ਖਾ ਕੇ ਜਾਂਦੇ ਹਾਂ, ਇਹ ਖਾ ਕੇ ਪੂਰੀ ਦਿਹਾੜੀ ਖਾਣ ਨੂੰ ਜੀ ਨਹੀਂ ਕਰਦਾ ਕੁਛ ਵੀ ਹੋਰ, ਜਿਵੇਂ ਦੁਪਹਿਰੇ ਖਾ ਲਓ, ਸ਼ਾਮ ਨੂੰ ਰੋਟੀ ਖਾਣ ਨੂੰ ਕਈ ਵਾਰ ਜੀ ਨਹੀਂ ਕਰਦਾ। ਪਰ ਇਹ ਹੈ ਹੀ ਸਪੈਸ਼ਲ ਹੈ ਜਿਹੜਾ ਬਣਾਉਂਦੇ ਨੇ, ਅਤੇ ਮੈਂ ਪਹਿਲਾਂ ਵੀ ਬਹੁਤ ਵਾਰੀ ਆ ਗਿਆ, ਅਤੇ ਜਦੋਂ ਵੀ ਲੰਘੀ ਦਾ ਮੁੱਲਾ ਪਰ ਉਹ ਖਾ ਕੇ ਜਾਈਦਾ ਸਪੈਸ਼ਲ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ, ਤੇ ਮੈਂ ਹਾਂ ਤੁਹਾਡੇ ਨਾਲ ਨੇਹਾ ਮਲਿਕ। ਅੱਜ ਅਸੀਂ ਤੁਹਾਨੂੰ ਸਰਬਲੋ ਦੇ ਭਾਂਡੇ ਦੇ ਵਿੱਚ ਜਿਹੜਾ ਜੂਸ ਜਿਹੜਾ ਹੈ ਖਵਾਉਣ ਲੱਗੇ ਹੈ। ਜੀ ਹਾਂ, ਤੁਸੀਂ ਸੋਚ ਰਹੇ ਹੋਗੇ ਖਵਾਉਣ ਲੱਗੇ ਹੈ, ਜੂਸ ਤਾਂ ਪਿਲਾਇਆ ਜਾਂਦਾ, ਪਰ ਸਾਡੇ ਨਾਲ ਇੱਕ ਬਾਬਾ ਜੀ ਮੌਜੂਦ ਨੇ ਜੋ ਕਿ ਜੂਸ ਜਿਹੜਾ ਹੈ ਖਵਾਉਂਦੇ ਆ, ਨਾ ਕਿ ਪਿਲਾਉਂਦੇ। ਤਾਂ ਸਾਰੀ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿ ਕਿੱਦਾਂ ਕਿੱਦਾਂ ਜਿਹੜਾ ਜੂਸ ਆ ਤਿਆਰ ਕੀਤਾ ਜਾਂਦਾ, ਕੀ ਇਹਦਾ ਨਾਮ ਰੱਖਿਆ ਹੋਇਆ, ਅਤੇ ਹੋਰ ਵੀ ਬਥੇਰੀਆਂ ਗੱਲਾਂ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ, ਸਤਿ ਸ਼੍ਰੀ ਅਕਾਲ ਬਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ, ਇੰਨਾ ਸਰਬਲੋ ਦੇ ਭਾਂਡੇ ਦੇ ਵਿੱਚ ਜਿਹੜਾ ਆ ਲੋਕਾਂ ਨੂੰ ਜੂਸ ਖਵਾ ਰਹੇ ਹੋ, ਸਾਰੇ ਕਨਫਿਊਜ਼ ਹੈ, ਜੂਸ ਤਾਂ ਪੀਤਾ ਜਾਂਦਾ, ਇਹ ਖਾਧਾ ਜਾ ਰਿਹਾ? ਹਾਂਜੀ, ਇਹ ਆਪਣੀ ਵੈਰਾਇਟੀ ਤਿਆਰ ਕਰੀ ਸਾਡੀ, ਮਤਲਬ ਕਿਸੇ ਤੋਂ ਸਿੱਖੀ ਨਹੀਂ ਹੈਗੀ, ਨਾ ਕਿਤੇ ਕਿਸੇ ਦੀ ਨਕਲ ਹੈ, ਆਪਣੇ ਆਪ ਤਿਆਰ ਕਰਿਆ ਸੀ। ਇਹਨੂੰ ਅਸੀਂ ਨਾਂ ਕਹਿੰਦੇ ਦਿੱਤਾ ਭਭੂਤੀ ਸ਼ੇਕ, ਅਸੀਂ ਆਪਣੇ ਕਹਿੰਦੇ ਨਾਮ ਦਿੱਤਾ ਹੋਇਆ ਇਹਨੂੰ। ਇਹ ਕਾਫੀ ਸਟਰੋਂਗ ਹੁੰਦਾ ਹੈ, ਇਹ 'ਚ ਗਾਈਆਂ ਦਾ ਦੁੱਧ ਪਾਉਣਾ ਹੀ ਬਿਲਕੁਲ ਪਿਓਰ, ਮਤਲਬ ਕੋਈ ਵਿੱਚ ਰੰਗ ਜਾਂ ਪਾਣੀ ਕੋਈ ਸੱਚੀ ਦੀ ਮਿਲਾਵਟ ਨਹੀਂ ਕੀਤੀ ਜਾਂਦੀ, ਕੋਈ ਸਿੰਥੈਟਿਕ ਇੱਦਾਂ ਦੀਆਂ ਚੀਜ਼ਾਂ ਨਹੀਂ ਪੈਂਦੀਆਂ। ਇਹ ਬਹੁਤ ਮਤਲਬ ਫਾਇਦੇਮੰਦ ਚੀਜ਼ ਆ ਜੀ, ਸਾਡੇ ਕਾਫੀ ਰਿਜ਼ਲਟ ਵੀ ਮਿਲ ਰਹੇ ਆ, ਸਾਨੂੰ 3 ਸਾਲ ਹੋ ਗਏ ਇਹਨਾਂ ਨੂੰ ਬਣਾਉਂਦਿਆਂ ਨੂੰ। ਇਹਦੇ ਵਿੱਚ ਜ਼ਿਆਦਾ ਆਇਰਨ ਹੁੰਦਾ, ਫਾਈਬਰ ਆ, ਵਿਟਾਮਿਨ ਏ ਆ, ਸੀ ਆ, ਲੀਵਰ ਫੈਟੀ ਹੋਵੇ ਕਿਸੇ ਦਾ, 8-10 ਦਿਨ ਜਦੋਂ ਵਾਟਾ ਛੱਕਦਾ ਬੰਦਾ, ਲੀਵਰ ਫੈਟੀ ਨੋਰਮਲ ਹੋ ਜਾਂਦਾ ਜੀ, ਫਿਰ ਨਿਗਾਹ ਨੂੰ ਵੀ ਐਨਰਜੀ ਦਿੰਦਾ ਹੈ, ਕਿਉਂਕਿ ਵਿਟਾਮਿਨ ਸੀ ਦੀ ਆਪਾਂ ਲੋੜ ਹੁੰਦੀ ਆ, ਇਹ 'ਚ ਵਿਟਾਮਿਨ ਸੀ ਬਹੁਤ ਜ਼ਿਆਦਾ ਹੁੰਦਾ ਜੀ। ਬਾਕੀ ਹੋਰ ਜਿਵੇਂ ਖਾਸ ਹੁੰਦੀ ਆ ਜਾਂ ਕਿਤੇ ਮੂੰਹ 'ਚ ਛਾਲੇ ਨਹੀਂ ਹਟਦੇ, ਇਹ ਕਾਫੀ ਚੀਜ਼ਾਂ ਦੇ ਪ੍ਰੋਬਲਮਾਂ ਦੇ ਹੱਲ ਹੋ ਜਾਂਦੇ ਆ, ਕਿਉਂਕਿ ਇਹ ਬਾਟੇ ਦੇ ਵਿੱਚ ਸਾਰੀ ਕਰਾਮ ਆਉਂਦਾ, ਬਾਟੇ ਦੇ ਵਿੱਚ ਪਾਉਣ ਨਾਲ ਇਹਦੀ ਸ਼ਕਤੀ ਸਟਰੋਂਗ ਹੋ ਜਾਂਦੀ ਹੈ, ਡਬਲ ਹੋ ਜਾਂਦਾ, ਕਾਫੀ ਪਾਵਰ ਵੱਧ ਜਾਂਦੀ ਹੈ ਇਹਦੀ। ਸਰਬਲੋ ਦਾ ਸਿਰਫ ਇਹ ਬਾਟਾ ਹੀ ਹੈ ਕਿ ਚਮਚਾ ਜਿਹੜਾ ਉਹ ਵੀ ਸਰਬਲੋ? ਚਮਚੇ ਵੀ ਸਾਡੇ ਸਰਬਲੋ ਦੀ ਹੈ ਜੀ, ਇਹ ਸਾਰੇ ਚਮਚੇ ਵੀ ਸਰਬਲੋ ਦੇ ਆ, ਬਾਟੇ ਵੀ ਸਪੈਸ਼ਲ ਬਣਵਾਏ ਹੋਏ ਨੇ, ਓਰੀਜਨਲ ਚਾਦਰ ਜਹਾਜ਼ ਦੀ ਚਾਦਰ ਦੇ ਬਣਵਾਏ ਨੇ ਆਰਡਰ 'ਤੇ। ਹਾਂਜੀ, ਕਾਫੀ ਗਾਹਕ ਖਰੀਦ ਕੇ ਵੀ ਲੈ ਜਾਂਦੇ ਨੇ ਸਾਡੇ ਕੋਲੋਂ, ਬਾਹਰ ਇੰਨਾ ਰਹੀ ਬੰਦੇ ਆਉਂਦੇ ਸਾਡੇ ਕੋਲੇ, ਪਰ ਇਹਦਾ ਟੇਸਟ ਵੀ ਅਲੱਗ ਆ, ਬਾਜ਼ਾਰ ਦੇ ਵਿੱਚ ਨਹੀਂ ਇਹ ਵਰਾਇਟੀ ਮਿਲਦੀ ਕਿਸੇ ਕੋਲੋਂ, ਬਾਕੀ ਮਹਾਰਾਜ ਦੀ ਕਿਰਪਾ ਨਾਲ ਸਪੈਸ਼ਲ ਬਣਾ ਕੇ ਦਿੰਦੇ ਆਪਣੇ। ਕੀ ਕੀ ਇਹਦੇ ਵਿੱਚ ਜਿਹੜੀ ਸਮੱਗਰੀ ਪਾਈ ਜਾਂਦੀ ਤਾਂ ਕਿ ਇੰਨਾ ਸਵਾਦਿਸ਼ਟ ਜਿਹੜਾ ਹੈ ਤਿਆਰ ਕੀਤਾ ਜਾਂਦਾ? ਇਹਦੇ ਵਿੱਚ ਬਾਕੀ ਤਾਂ ਚਲੋ ਕੋਈ ਪਾ ਵੀ ਸਕਦੇ ਇੱਦਾਂ ਦੇ ਫਰੂਟ, ਇੱਕ ਤਾਂ ਵੈਸੇ ਹਾਲੇ ਫਰੂਟ ਨਹੀਂ ਆ ਰਿਹਾ ਪਾਉਂਦੇ ਹਾਂ, ਗੁਰਮੇ ਕਹਿੰਦੇ ਉਹਨੂੰ, ਅਫਗਾਨਿਸਤਾਨ ਦਾ ਹੁੰਦਾ ਵੱਡਾ ਸਾਰਾ, ਇੱਕ ਉਹ ਵੀ ਪੈਂਦਾ, ਉਹਦਾ ਟੇਸਟ ਬਹੁਤ ਜ਼ਿਆਦਾ ਤਕੜਾ ਹੋ ਜਾਂਦਾ, ਸਪੈਸ਼ਲ ਹੋ ਜਾਂਦਾ। ਇੱਕ 'ਚ ਐਪਲ ਪੈਂਦੇ ਨੇ ਜੀ, ਪਪੀਤਾ ਪੈਂਦਾ, ਸ਼ਾਰਦਾ ਪੈ ਜਾਂਦਾ, ਗਲਨ ਮੇਲਾ ਕਹਿੰਦੇ ਇਹਨੂੰ ਆਪਾਂ,
ਇਹ ਇੱਕ ਚੁਕੰਦਰ ਪੈ ਜਾਂਦੀ ਹੈ ਜੀ, ਡਰੈਗਨ ਪੈ ਜਾਂਦੀ ਆ, ਬਾਕੀ ਜੇ ਕੀਵੀ ਪਾਉਣਾ ਕੀਵੀ ਵੀ ਪਾ ਸਕਦੇ ਹਾਂ, ਯਾਨੀ ਜਿੰਨੀ ਸਾਡੀ ਲਿਮਿਟ ਅਸੀਂ 4-5 ਫਰੂਟ ਹੀ ਪਾਉਂਦੇ ਹਾਂ, 4-5 ਫਰੂਟ ਪਾ ਕੇ ਇਹ ਜਿਹੜਾ ਆ ਤਿਆਰ ਕੀਤਾ ਜਾਂਦਾ, ਬੂਟੀ ਸ਼ੇਕ ਤਿਆਰ ਹੋ ਜਾਂਦਾ ਜੀ। ਹਾਂ, 5 ਫਰੂਟ ਪਾ ਕੇ ਬੂਟੀ ਸ਼ੇਕ। ਕਿਵੇਂ ਦਿਮਾਗ ਦੇ ਵਿੱਚ ਆਇਆ ਇਹ ਚੀਜ਼ਾਂ ਜਿਹੜੀਆਂ ਐਡ ਕੀਤੀਆਂ ਜਾਣ ਤੇ ਪਵਿੱਤਰ ਸ਼ੇਕ ਜਿਹੜਾ ਬਣਾਇਆ ਜਾਵੇ? ਹਾਂਜੀ, ਐਂਡ ਇਹ ਦੇਖੋ ਕੁਦਰਤ ਮਾਲਕ ਕਿੰਨੀ ਕਿਰਪਾ ਹੋ ਜਾਂਦੀ ਹੁੰਦੀ ਆ, ਵੈਸੇ ਤਾਂ ਕੋਈ ਸਿੱਖ ਕੇ ਦਾ ਕੋਈ ਵੀ ਨਹੀਂ ਆਉਂਦਾ ਹੁੰਦਾ ਜੀ, ਨਾ ਆਪਾਂ ਕਿਸੇ ਨੂੰ ਟ੍ਰੇਨ ਕਰ ਸਕਦੇ ਹਾਂ, ਇਹ ਤਾਂ ਆਪਣੇ ਕਿੰਨੀ ਕਿਸੇ ਦੇ ਬਲ ਮਹਾਰਾਜ ਦੇ ਦਿੰਦਾ, ਚਲੋ ਖਾਲਸਾ ਸਾਡੇ ਤੇ ਕਿਰਪਾ ਹੋ ਗਈ ਮਹਾਰਾਜ ਦੀ। ਇਹ ਆਪਣੇ ਅਸੀਂ ਪਹਿਲਾਂ ਡਰਾਈਵਰੀ ਕਰਦੇ ਸੀਗੇ ਜੀ, ਲੋਕਡਾਊਨ ਦੇ ਵਿੱਚ ਕੰਮ ਛੋਟਾ ਜਿਹਾ ਸ਼ੁਰੂ ਕਰਿਆ ਸੀਗਾ ਜੀ, ਤੇ ਹੌਲੀ ਹੌਲੀ ਇਦਾਂ ਹੀ ਟਰਾਈਆਂ ਮਾਰਦੇ ਰਹਿੰਦੇ, ਜਿਵੇਂ ਚੀਕੂ ਸ਼ੇਕ ਬਣਾ ਲਿਆ, ਕਦੇ ਬਨਾਨੇ ਦੇ ਵਿੱਚ ਕੋਈ ਮਿਕਸ ਕਰ ਲਿਆ, ਉਹਦੇ ਵਿੱਚ ਕਰ ਲਿਆ, ਸਾਨੂੰ ਇੱਕ ਇੱਕ ਕੁਆਲਿਟੀ ਇੰਨੀ ਵਧੀਆ ਲੱਭ ਗਈ ਤੇ ਸਾਨੂੰ ਗਾਹਕਾਂ ਨੇ ਸਾਨੂੰ ਦੱਸਿਆ, ਕਹਿੰਦੇ ਵੀ ਸਾਨੂੰ ਬਹੁਤ ਮਤਲਬ ਇੱਕ ਨੰਬਰ ਚੀਜ਼ ਆ, ਮੁੜ ਕੇ ਫਿਰ ਇਹ ਸਾਡਾ ਰੈਗੂਲਰਲੀ ਚੱਲਣ ਲੱਗ ਗਿਆ, ਥੋੜ੍ਹਾ ਥੋੜ੍ਹੇ ਤੋਂ ਵਾਧਾ ਵਾਧਾ ਹੋਣਾ, ਕੋਈ ਹਿਸਾਬ ਕਿਤਾਬ ਨਹੀਂ, ਬਾਲਟੀਆਂ ਭਰ ਭਰ ਕੇ ਬਣਾਉਂਦੇ। ਮੈਂ ਲੋਕਾਂ ਨਾਲ ਵੀ ਗੱਲ ਕੀਤੀ ਆ, ਜਿਹੜਾ ਲੋਕ ਕਹਿੰਦੇ ਬਹੁਤ ਜ਼ਿਆਦਾ ਟੇਸਟੀ ਆ, ਸਾਨੂੰ ਮਤਲਬ ਕਦੇ ਅਸੀਂ ਪਿੱਤਾ ਨਹੀਂ ਜਿੰਨਾ ਟੇਸਟੀ ਆ, ਹੁਣ ਇੱਥੇ ਪੀਣ ਨੂੰ ਮਿਲਿਆ। ਕੋਈ ਕਹਿੰਦੇ ਸਪੈਸ਼ਲ ਚੀਜ਼ ਪਾਉਂਦੇ ਜਿਹਦੇ ਨਾਲ ਟੇਸਟ ਜਿਹੜਾ ਹੋਰ ਵੱਧ ਜਾਂਦਾ? ਹੋਰ ਤਾਂ ਆਪਣੇ ਡਰਾਈ ਫਰੂਟ ਲੱਗ ਜਾਂਦੇ ਤੇ ਜੀ, ਹਾਂਜੀ, ਇਹਦੇ 'ਤੇ ਇਲਾਇਚੀ ਪਾਊਡਰ, ਸੌਂਫ ਪਾਊਡਰ, ਆ ਆਪਣੇ ਮਨੱਕ ਪਈ ਆ, ਕੀ ਸੌਗੀ ਪਈ ਆ, ਬਦਾਮ ਪਏ ਆ, ਕਾਜੂ ਪਏ ਨੇ, ਕਰੌਂਦਾ ਪਿਆ, ਚੈਰੀ ਪਈ ਆ, ਬਾਕੀ ਆਪਣੇ ਜੈਲੀ ਪਈ ਆ, ਜੈਲੀ ਵੀ ਵਧੀਆ ਤੁਲਸੀ ਕੰਪਨੀ ਦੀ ਹੁੰਦੀ ਆ, ਇਹ ਸਾਰੀਆਂ ਆਈਟਮਾਂ ਵਧੀਆ ਪਾਉਂਦੇ ਜੀ ਉੱਤੇ। ਕਿੰਨੇ ਜਿਹੜੇ ਤੁਹਾਡੇ ਫਰੂਟ ਜਿਹੜੇ ਨੇ ਲੱਗ ਜਾਂਦੇ ਨੇ? ਫਰੂਟ ਸਾਡੇ ਕਾਫੀ ਲੱਗ ਜਾਂਦੇ ਪੈਣੇ ਇਹਦੇ ਵਿੱਚ ਜੀ, ਗੱਲ ਨੂੰ ਮਿਲਿਆ ਕਾਫੀ ਮਹਿੰਗਾ ਹੈ, 120 ਰੁਪਏ ਕਿਲੋ ਪੈਂਦਾ ਇਸ ਟਾਈਮ, ਇਹਦਾ ਰੇਟ ਵਧਿਆ ਹੋਇਆ ਵਿਆਹ ਸ਼ਾਦੀਆਂ ਕਰਕੇ, ਨਹੀਂ ਤਾਂ 70 ਰੁਪਏ ਤੱਕ ਇਹਦਾ ਰੇਟ ਆ ਜਾਂਦਾ ਹੁੰਦਾ ਜੀ। ਇਹ ਸਾਡੇ ਘੱਟੋ ਘੱਟ 15 ਕਿਲੋ ਇਹ ਲੱਗ ਜਾਂਦੇ ਡੇਲੀ, 15-20 ਕਿਲੋ ਦੇ ਵਿੱਚ ਪਪੀਤੇ ਲੱਗ ਜਾਂਦੇ ਆ, 15 ਕਿਲੋ ਸੇਬ ਲੱਗ ਜਾਂਦੇ ਜੀ। ਅੱਛਾ, ਜਦੋਂ ਲੋਕ ਇੰਨੀ ਦੂਰੋਂ ਦੂਰੋਂ ਆਉਂਦੇ ਨੇ ਤਾਰੀਫ ਕਰਕੇ ਜਾਂਦੇ ਨੇ, ਹੈ ਨਾ, ਕਿ ਇੰਨਾ ਟੇਸਟੀ ਅਸੀਂ ਕਦੇ ਨਹੀਂ ਪੀਤਾ, ਹੈ ਨਾ, ਵੀ ਕਿੰਨੇ ਕਿੱਦਾਂ ਦਾ ਲੱਗਦਾ ਆ? ਸਾਡੇ ਕੋਲ ਜਦੋਂ ਕੋਈ ਖੁਸ਼ ਹੋ ਕੇ ਜਾਂਦਾ, ਸਾਡਾ ਬਹੁਤ ਜ਼ਿਆਦਾ ਮਨ ਖੁਸ਼ ਹੋ ਜਾਂਦਾ ਜੀ ਜੀ, ਹਾਂਜੀ, ਸਾਡੇ ਮਨ ਨੂੰ ਖੁਸ਼ੀ ਮਿਲਦੀ ਹੈ, ਚਲੋ ਸਾਡੀ ਕਿਸੇ ਨੂੰ ਚੀਜ਼ ਪਸੰਦ ਆ ਜਾਂਦੀ ਆ, ਬਾਕੀ ਤੈਨੂੰ ਮਨੋਂ ਵਧੀਆ ਆਪਣੇ ਕਿਨੀ ਉਹ ਬਹੁਤ ਸਤਿਕਾਰ ਨਾਲ ਬਣਾ ਕੇ ਦਿੰਦੇ ਹਾਂ ਜੀ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਰਬਲੋ ਦੇ ਬਾਟੇ ਦੇ ਵਿੱਚ ਜਿਹੜਾ ਜੂਸ ਜਿਹੜਾ ਤਿਆਰ ਕੀਤਾ ਜਾ ਰਿਹਾ, ਜਿਹਨੂੰ ਪਵਿੱਤਰ ਸ਼ੇਕ ਜਿਹੜਾ ਕਿਹਾ ਜਾ ਰਿਹਾ, ਤੁਸੀਂ ਦੇਖ ਸਕਦੇ ਹੋ ਤਿਆਰ ਕੀਤਾ ਜਾ ਰਿਹਾ, ਉਹਦੇ ਵਿੱਚ ਜਿਹੜੇ ਫਰੂਟ ਜਿਹੜੇ ਪਏ ਜਾ ਰਹੇ, ਕਿਸੇ ਵੀ ਪ੍ਰਕਾਰ ਦਾ ਕੋਈ ਕੈਮੀਕਲ ਤਾਂ ਨਹੀਂ ਯੂਜ਼ ਕਰਦੇ ਬਾਬਾ ਜੀ? ਕਿਸੇ ਤਰ੍ਹਾਂ ਦਾ ਨਹੀਂ, ਪਾਣੀ ਵੀ ਨਹੀਂ ਪਾਉਂਦਾ ਕੋਈ, ਰੰਗ ਕਿਸੇ ਤੇ ਕੋਈ ਮਿਲਾਵਟ ਨਹੀਂ ਹੈਗੀ, ਬਿਲਕੁਲ ਪਿਓਰ ਸਾਹਮਣੇ ਬਣਾ ਕੇ ਦਿੰਦੇ ਆ ਸਾਰਿਆਂ ਨੂੰ। ਕੀ ਬਾਤ ਹੈ ਜੀ, ਇਹ ਡਰੈਗਨ ਹੀ ਬਹੁਤ ਘੱਟ ਪਾਉਣੇ ਆ ਜੀ, ਇਹ ਜਿਹੜੇ ਡਰੈਗਨ ਆ ਨਾ ਇਹ ਜ਼ਿਆਦਾ ਦੇਰ ਸ਼ੇਕ ਰਹਿੰਦੇ ਨਹੀਂ ਹੁੰਦਾ, ਅੱਛਾ, ਜੇ ਤਾਜ਼ਾ ਤਾਜ਼ਾ ਕੋਈ ਚੀਜ਼ ਨੇ ਫਿਰ ਤੇ ਪਾ ਵੀ ਦਿੰਦੇ ਆ। ਕਿੰਨੇ ਕ ਦੁੱਧ ਜਿਹੜਾ ਹੈ ਲੱਗ ਜਾਂਦਾ ਹੈ? ਸਾਡਾ 20-25 ਕਿਲੋ ਲਗਭਗ ਲੱਗ ਜਾਂਦਾ ਹੈ, 20-25 ਕਿਲੋ ਜਿਹੜਾ ਦੁੱਧ ਨਾਲ ਲੱਗ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇੱਕ ਸਰਬਲੋ ਦੇ ਭਾਂਡੇ ਦੇ ਵਿੱਚ ਤੁਹਾਨੂੰ ਇੱਕ ਜੂਸ ਜਿਹੜਾ ਹੈ ਤਿਆਰ ਕੀਤਾ ਜਾ ਰਿਹਾ, ਜਿਹਨੂੰ ਪਪੂਤੀ ਸ਼ੇਕ ਜਿਹੜਾ ਹੈ ਕਿਹਾ ਜਾਂਦਾ। ਹੁਣ ਜਿਹੜਾ ਹੈ ਬਲੈਂਡਰ ਹੋ ਰਿਹਾ ਅਤੇ ਨਾਲ ਨਾਲ ਦਿਖਾਵਾਂਗੇ ਕਿ ਕਿੱਦਾਂ ਜਿਹੜਾ ਹੈ ਤਿਆਰ ਕੀਤਾ ਜਾਂਦਾ, ਕੀ ਹੋਰ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਐਡ ਕੀਤੀਆਂ ਜਾਂਦੀਆਂ ਨੇ, ਕਿਹੜੇ ਕਿਹੜੇ ਡਰਾਈ ਫਰੂਟ ਜਿਹੜੇ ਨੇ ਪਾਏ ਜਾਂਦੇ ਨੇ, ਅਤੇ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਐਡ ਕੀਤੀਆਂ ਜਾਂਦੀਆਂ ਨੇ। ਸ਼ੂਗਰ ਫ੍ਰੀ ਵੀ ਬਣ ਜਾਂਦਾ, ਸ਼ੂਗਰ ਵਾਲਾ ਮਤਲਬ ਮਿੱਠੇ ਵਾਲਾ ਜੀ।
ਜਿਹਨੇ ਡਰਾਈ ਫਰੂਟ ਪਾਉਣੇ ਆ ਨਹੀਂ ਪਾਉਣੇ ਅਗਲੇ ਦੀ ਮਰਜ਼ੀ ਹੈ ਜੇ ਕਹਿ ਦੋ ਡਰਾਈ ਫਰੂਟ ਨਹੀਂ ਪਾਉਣੇ ਤਾਂ ਨਹੀਂ ਪਾਉਂਦੇ ਉਹਨੂੰ ਪਲੇਨ ਬੁਲਾ ਦਿੰਦੇ ਹੁਣ ਬਜ਼ਾਰ ਦਾ ਜੂਸ ਕੀ ਜਿਹੜਾ ਬੰਦਾ ਸਾਡੇ ਕੋਲ ਪੀਂਦਾ ਹੈ ਦੁਬਾਰੇ ਕਹਿੰਦੇ ਜੂਸ ਮਿਲਿਆ ਨਹੀਂ। ਛਕਣ ਤੋਂ ਪਹਿਲਾਂ ਫੋਟੋ ਖਿੱਚਦੇ ਆਪਣੇ ਗਰੁੱਪ ਚ ਸ਼ੇਅਰ ਕਰ ਦਿੰਦੇ ਆ, ਕਾਫੀ ਦੂਰ ਤੱਕ ਮਤਲਬ ਚਰਚਾ ਹੋ ਜਾਂਦੀ ਹੈ। ਹਾਂਜੀ, ਸਾਨੂੰ ਤਾਂ ਲੋੜ ਨੀ ਪਈ ਕਹਿੰਦੇ ਸਾਨੂੰ ਫੋਟੋ ਖਿਚਾਉਣ ਦੀ ਦਿੱਕਤ ਕਰਨ ਦੀ, ਐਡ ਕਰਨ ਦੀ, ਮਹਾਰਾਜ ਦੀ ਕਿਰਪਾ ਨਾਲ ਸਾਰੀ ਆਪਣੇ ਆਪ ਹੀ ਐਡ ਹੋਈ ਜਾਂਦੀ ਹੈ। ਕਿੱਦਾਂ ਦਾ ਲੱਗਦਾ? ਬਹੁਤ ਖੁਸ਼ੀ ਨੇ ਜੀ ਮੈਨੂੰ ਕੰਮ ਕਰਕੇ, ਅਸੀਂ ਸਾਰੀ ਦਿਹਾੜੀ ਰੈਗੂਲਰ ਕੰਮ ਕਰਦੇ ਰਹਿੰਦੇ ਹਾਂ, ਸਾਨੂੰ ਬੈਠਣ ਦਾ ਪ੍ਰਸ਼ਾਦਾ ਛਕਣ ਦਾ ਟਾਈਮ ਵੀ ਘੱਟ ਹੀ ਲੱਗਦਾ। ਕਿੰਨੇ ਵਜੇ ਆਉਂਦੇ ਹੋ ਅਤੇ ਕਿੰਨੇ ਵਜੇ ਜਾਂਦੇ? ਅਸੀਂ 8 ਵਜੇ ਆਉਂਦੇ ਹਾਂ ਜੀ, ਸਾਡੇ 9 ਵਜੇ ਸਟਾਰਟ ਹੋ ਜਾਂਦਾ ਜੀ, ਉਸ ਤੋਂ ਬਾਅਦ 'ਚ ਫਿਰ ਚੱਲਦਾ ਹੀ ਰਹਿੰਦਾ ਦਿਨ ਦੇ 9-9:30 ਤੱਕ ਰਾਤ ਦੀ। ਕਿਸੇ ਨੇ ਆਉਣਾ ਹੋਵੇ ਜਿਹੜਾ ਭਗੂਤੀ ਛੇਕ ਜਿਹੜਾ ਇਹਦਾ ਛਕਣਾ ਹੋਵੇ, ਕਿੱਥੇ ਇਹਦੀ ਲੋਕੇਸ਼ਨ ਇੱਕ ਵਾਰੀ ਦੱਸ ਦੋਗੇ? ਜਿੱਦਾਂ ਆਪਣੇ ਜਗਰਾਓਂ ਮੋਗੇ ਤੋਂ ਆ ਰਹੇ ਹਾਂ ਜੀ ਇੱਧਰ ਲੁਧਿਆਣੇ ਨੂੰ, ਤਾਂ ਅਸੀਂ ਸਾਈਡ 'ਤੇ ਆ, ਇਹ ਪੁਲ ਦੇ ਥੱਲੇ ਆ, ਆਉਣਾ ਪੈਣਾ ਪੁਲ ਦੇ ਉੱਪਰ ਨਹੀਂ ਚੜ੍ਹਨਾ। ਜੇ ਲੁਧਿਆਣੇ ਤੋਂ ਨਹੀਂ ਆ ਤਾਂ ਉਲਟ ਸਾਈਡ ਯੂ ਟਰਨ ਲੈਣਾ ਪੈਂਦਾ ਲੁਧਿਆਣੇ ਵਾਲੀ ਸਾਈਡ ਨੂੰ ਵਾਪਸ ਪੁਲ ਦੇ ਥੱਲੇ, ਚੌਂਕ ਰੈਕਡ ਰੋਡ ਚੌਂਕ ਦੇ ਕੋਲੋਂ ਥਾਣੇ ਤੋਂ ਬੈਕ ਸਾਈਡ 'ਤੇ ਆ। ਸਾਡੀਆਂ 3-4 ਦੁਕਾਨਾਂ ਫਰੂਟ ਦੀਆਂ ਨੇ ਕੋਲੇ, ਇੱਕ ਦੇਸ਼ ਰਾਜ ਫਰੂਟ ਸ਼ਾਪ ਆ, ਇੱਕ ਸ਼ਰਮੇ ਦੀ ਆ, ਤੀਜੀ ਦੁਕਾਨ ਸਾਡੀ ਹੈ ਜੀ। ਸਾਡੇ ਤਾਂ ਮੁਲਾਪੁਰ 'ਚ ਜਿਹਨੂੰ ਮਰਜ਼ੀ ਪੁੱਛ ਲਓ ਕਿ ਨਿਹੰਗ ਸਿੰਘ ਜਿਹੜੇ ਬਾਟਿਆਂ 'ਚ ਜੂਸ ਛਕਾਉਂਦੇ ਆ, ਤਾਂ ਤੁਹਾਨੂੰ ਹਰੇਕ ਬੰਦਾ ਦੱਸ ਦੂਗਾ ਜੀ, ਕਿਉਂਕਿ ਬਾਟਿਆਂ 'ਚ ਕੋਈ ਵੀ ਨਹੀਂ ਛਕਾਉਂਦਾ ਜੀ। ਸਾਡੀ ਅਲੱਗ ਪਤਾ ਲੱਗ ਜੂਗਾ। ਸਾਡਾ ਫੋਨ ਨੰਬਰ ਹੈਗਾ ਜੀ 95-924-65-162-1-70-13-1000। ਹਾਂਜੀ, ਜੇਕਰ ਕਿਸੇ ਨੇ ਮਤਲਬ ਤੁਹਾਨੂੰ ਕਹਿਣਾ ਹੋਵੇ ਕਿ ਸਾਨੂੰ ਇੰਨੇ ਕੁ ਜੂਸ ਜਿਹੜਾ ਚਾਹੀਦਾ ਹੈ ਤਿਆਰ ਕਰਕੇ, ਫਿਰ ਮਤਲਬ ਡਿਲੀਵਰੀ, ਔਨਲਾਈਨ ਡਿਲੀਵਰੀ ਵਗੈਰਾ ਵੀ ਕਰਦੇ? ਨਹੀਂ, ਡਿਲੀਵਰੀ ਨੇੜੇ ਤੇੜੇ ਦਾ ਹੀ ਭੇਜ ਦਿੰਦੇ ਹਾਂ, ਨੇੜੇ ਹੁੰਦੇ ਸਾਡੇ ਬਿਲਕੁਲ ਜੀ, ਦੂਰ ਨਹੀਂ ਅਸੀਂ ਕਦੇ ਭੇਜਦੇ, ਕੋਈ ਬੰਦੇ ਪੂਰੇ ਪੂਰੇ ਹੀ ਹੁੰਦੇ ਆ ਜੀ। ਹਾਂਜੀ, ਸੋ ਤੁਸੀਂ ਆਹ ਦੇਖ ਸਕਦੇ ਹੋ, ਹੁਣ ਤਿਆਰ ਕਰਨ ਲੱਗੇ ਹੋ? ਹਾਂਜੀ, 2 ਬਾਟੇ ਤਿਆਰ ਕਰਨ ਲੱਗੇ ਜੀ। ਦੇਖੋ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਉਹ ਫਰੂਟ ਦਾ ਸ਼ੇਕ ਬਣਾਇਆ ਸੀਗਾ ਜਿਹਦੇ ਵਿੱਚ ਫਰੂਟਸ ਪਾਏ ਸੀਗੇ, ਉਹ ਜਿਹੜਾ ਬਾਟੇ ਦੇ ਵਿੱਚ ਰੱਖ ਦਿੱਤਾ ਗਿਆ। ਹੁਣ ਇਹਦੇ ਵਿੱਚ ਇਹ ਕੀ ਐਡ ਕਰ ਰਹੇ ਹੋ? ਇਹ ਕੋਕੋਨਟ ਨਾਰੀਅਲ ਬਰਦਾ ਜੀ। ਜੀ, ਇਹ ਆਪਣੀ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਜੀ। ਇਹ ਕੀ ਬਾਤ ਹੈ, ਆਪਣੀ ਸਕਿਨ ਨੂੰ ਫਾਇਦਾ ਕਰਦਾ, ਜੇ ਕਿਤੇ ਚਮੜੀ ਤੇ ਕੋਈ ਵੀ ਪ੍ਰੋਬਲਮ ਹੋਵੇ ਮਤਲਬ ਕਾਫੀ ਚੀਜ਼ ਦਾ ਫਾਇਦਾ ਹੋ ਜਾਂਦਾ ਜੀ। ਤੇ ਜਿਵੇਂ ਕਿ ਜੂਸ ਹੈ ਨਾ, ਕਈ ਇਹ ਨਹੀਂ ਸੋਚਦੇ ਵੀ ਹੈ ਨਾ ਇਹ ਸਿਰਫ ਗਰਮੀਆਂ 'ਚ ਪੀਤਾ ਜਾਂਦਾ ਕਿ ਸਰਦੀਆਂ 'ਚ ਵੀ ਇਹ ਪੀਤਾ ਜਾਂਦਾ? ਸਰਦੀ 'ਚ ਵੀ ਕਾਫੀ ਜ਼ਿਆਦਾ ਲੱਗਦੀ ਹੈ, 12 ਮਹੀਨੇ 30 ਦਿਨ ਵਾਲੀ ਆਈਟਮ ਆ ਜੀ, ਕਦੇ ਬੰਦ ਨਹੀਂ ਹੁੰਦੀ ਹੈਗੀ। ਇਹ ਬਹੁਤ ਮਤਲਬ ਸਪੈਸ਼ਲ ਚੀਜ਼ ਆ, ਕਦੇ ਨਹੀਂ ਬੰਦ ਹੁੰਦੀ। ਆਪਾਂ ਇਹ 'ਚ ਬਰਫ਼ ਨਹੀਂ ਪਾਉਂਦੇ ਕੋਈ, ਮਤਲਬ ਨੋਰਮਲ ਹੈ, ਪਿਓਰ ਹੀ ਦੇ ਦਿੰਦੇ ਹਾਂ ਖੜਾ ਖੜਾ ਜੀ। ਬਾਕੀ ਇੱਕ ਬਾਟਾ ਅਸੀਂ ਹੋਰ ਤਿਆਰ ਕਰਨਾ ਨਵੀਂ ਆਈਟਮ ਆ, ਉਹ ਕਾਫੀ ਮਹਿੰਗਾ ਹੋਊਗਾ, ਫਰੂਟ ਮਹਿੰਗਾ ਹੈ, 1400-1500 ਰੁਪਏ ਕਿਲੋ ਫਰੂਟ ਆ। ਅਸੀਂ ਕਰਾਂਗੇ ਖੋਜ ਉਹਦੀ, ਕਰ ਰਹੇ ਹਾਂ ਜੀ, ਇੱਕ ਬੜਾ ਸਪੈਸ਼ਲ ਬਾਟਾ ਤਿਆਰ ਕਰਨਾ ਜੀ। ਉਹ ਚੰਗਾ ਬੰਦਾ ਹੀ ਪੀਊਗਾ ਜਿਹਨੂੰ ਜ਼ਿਆਦਾ ਨੌਲੇਜ ਹੋਊਗੀ ਫਰੂਟ ਬਾਰੇ। ਹਾਂਜੀ, ਉਹ ਹਾਰਟ ਦੇ ਮਰੀਜ਼ ਵਾਸਤੇ, ਹੋਰ ਇੱਦਾਂ ਦੀਆਂ ਕਈ ਪ੍ਰੋਬਲਮਾਂ। ਹਾਂਜੀ,
ਸੋ ਆ ਤੁਸੀਂ ਦੇਖ ਸਕਦੇ 60 ਰੁਪਏ ਦਾ ਬਾਟਾ ਹੈ, ਤੁਸੀਂ ਦੇਖ ਸਕਦੇ ਇਹਦੇ ਵਿੱਚ ਕਿੰਨੀ ਜ਼ਿਆਦਾ ਜਿਹੜੇ ਫਰੂਟਸ ਨੇ ਪਾਏ ਗਏ ਨੇ, ਡਰਾਈ ਫਰੂਟਸ ਵੀ ਪਾਏ ਗਏ ਨੇ ਜੋ ਕਿ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਕਿਤੇ ਨਾ ਕਿਤੇ ਹੁੰਦਾ ਹੈ ਕਿ ਸਾਨੂੰ ਸ਼ੂਗਰ ਅਸੀਂ ਖਾ ਨਹੀਂ ਸਕਦੇ, ਜਾਂ ਫਿਰ ਕਈ ਵਾਰੀ ਇੱਦਾਂ ਹੁੰਦਾ ਵੀ ਸਾਨੂੰ ਡਰ ਲੱਗਦਾ ਕਿ ਕਿਤੇ ਸਾਡੇ ਜਿਹੜੇ ਫੈਟ ਨਾ ਹੋ ਜਾਵੇ, ਬਟ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ। ਲੋਕੇਸ਼ਨ ਵੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ, ਫੋਨ ਨੰਬਰ ਵੀ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਹੈ, ਅਤੇ ਜਲਦੀ ਅਤੇ ਇਹਦੇ ਨਾਲ ਫੈਟ ਵੀ ਨਹੀਂ ਬਣਦੇ। ਅੱਛਾ, ਜਾਂਦੇ ਜਾਂਦੇ ਕੁਝ ਕਹਿਣਾ ਚਾਹੋਗੇ? ਨਹੀਂ, ਸਾਰਿਆਂ ਦਾ ਧੰਨਵਾਦ ਕਰਾਂਗੇ ਜੀ। ਜੇ ਕਿਸੇ ਨੂੰ ਵੀ ਕਿਤੇ ਇੱਧਰ ਮੁੱਲਾਪੁਰ ਕਨੀ ਗੇੜਾ ਲੱਗਦਾ ਤਾਂ ਇਹ ਜ਼ਰੂਰ ਛਕਣ ਦੀ ਕੋਸ਼ਿਸ਼ ਕਰਿਓ, ਤੁਹਾਨੂੰ ਪਤਾ ਲੱਗ ਜੂ ਵੀ ਇੱਦਾਂ ਦਾ ਜੂਸ ਅਸੀਂ ਕਦੇ ਜ਼ਿੰਦਗੀ 'ਚ ਨਹੀਂ ਪੀਤਾ। ਪਹਿਲੀ ਵਾਰੀ ਛਕਿਆ ਬੰਦਾ, ਹਰੇਕ ਕਹੂਗਾ ਵੀ ਆਨੰਦ ਆ ਗਿਆ, ਸਾਨੂੰ ਹਰ ਬੰਦਾ ਹੀ ਕਹਿੰਦਾ ਆਨੰਦ ਆ ਗਿਆ ਛਕ। ਹਾਂਜੀ, ਇਹ ਬਾਟੇ ਨਾਲ ਪਹਿਲੀ ਵਾਰੀ ਸਾਨੂੰ ਕਿਤੇ ਨਹੀਂ ਮਿਲਦੇ ਜਲਦੀ। ਹਾਂਜੀ, ਕਿਸੇ ਨੇ ਕਾਪੀ ਮਾਰਨ ਦੀ ਕੋਸ਼ਿਸ਼ ਕੀਤੀ ਹੈ? ਹਾਂਜੀ, ਸਾਡੀਆਂ ਦੋਨੋਂ ਦੁਕਾਨਾਂ ਕਰ ਰਹੀਆਂ, ਸਾਹਮਣੇ ਨੇ ਇਹਨਾਂ ਦੇ ਕੋਲੇ ਸ਼ੇਕ ਨਹੀਂ ਬਣਦੇ ਆ ਵੀ, ਇਹਨਾਂ ਦੇ ਅੱਗੇ ਦੇਖੋ ਐਸਟਾ ਵੀ ਫਰਿੱਜ 'ਚ ਲੱਗਿਆ ਹੁੰਦਾ, ਕਈ ਵਾਰੀ ਗਾਹਕ ਵਿਚਾਲੇ ਗਲਾਸ ਉੱਤੇ ਛੱਡ ਜਾਂਦੇ ਰੋਡ 'ਤੇ, ਕਿਉਂਕਿ ਇੱਕ ਵਾਲਟੀ ਮਹਾਰਾਜ ਦੀ ਕਿਰਪਾ ਨਾਲ ਜਿੱਥੇ ਜਿਹਨੂੰ ਹੱਥ ਵਾਸ ਪੈ ਗਈ ਉਹੀ ਚੱਲਦਾ, ਪਰ ਉਹ ਨਕਲ ਕਰਦੇ ਆ। ਉਹ ਪਰਲੀ ਦੁਕਾਨ ਵਾਲਾ ਤਾਂ ਬਾਟੇ ਵੀ ਲੈ ਆਏ ਸੀ ਸਾਡੇ, ਉਹ 10 ਬਾਟੇ ਲੈ ਆਇਆ ਸੀ, ਉਹਨੇ 10-15 ਦਿਨ ਟਰਾਈ ਕੀਤੀ ਹੈ, ਜਦੋਂ ਨਹੀਂ ਵਿਕੇ ਫਿਰ ਮੇਰੇ ਕੋਲ ਆ ਕੇ ਵਾਪਸ ਕਰ ਗਿਆ, ਕਹਿੰਦਾ ਖਾਲਸਾ ਜੀ ਮੇਰੇ ਕੋਲ ਕੀ ਵੈਸੀ ਬਾਟੇ ਰੱਖ ਗਿਆ, ਸਾਡੇ ਤਾਂ ਕੰਮ ਦੇ ਨਹੀਂ, ਤੁਸੀਂ ਲੈ ਲਓ। ਫਿਰ ਚੌਂਚੇ ਨੇ ਰੱਖ ਲਏ ਬਾਟੇ ਮੈਨੂੰ ਦੇ ਦਿੱਤੇ ਉਹਨੇ। ਹਾਂਜੀ, ਇਹ ਨਕਲ ਦੋਨੇ ਕਰ ਰਹੇ ਸਾਡੀ। ਆਪਾਂ ਲੋਕਾਂ ਨਾਲ ਵੀ ਗੱਲ ਕਰਾਂਗੇ ਕਿ ਜਿਹੜਾ ਜੂਸ ਆ ਕਹਿੰਦੇ ਪੀਆ ਜਾਂਦਾ, ਪਰ ਇਹ ਸਰਬਲੋ ਦੇ ਭਾਂਡੇ ਦੇ ਵਿੱਚ ਸਪੈਸ਼ਲੀ ਤਿਆਰ ਕੀਤਾ ਗਿਆ, ਜਿਹਨੂੰ ਪੀਤਾ ਨਹੀਂ ਜਾ ਰਿਹਾ, ਖਾਧਾ ਜਾ ਰਿਹਾ ਚਮਚ ਦੇ ਨਾਲ। ਭਾਜੀ, ਕਿੱਦਾਂ ਦਾ ਸਵਾਦ ਆ ਰਿਹਾ? ਬਹੁਤ ਵਧੀਆ ਜੀ। ਪਹਿਲਾਂ ਕਿੰਨੀ ਵਾਰੀ ਆਏ ਹੋ ਇੱਥੇ? ਮੈਨੂੰ ਘੱਟੋ ਘੱਟ ਹੋ ਗਏ 6 ਮਹੀਨੇ ਜੀ। 6 ਮਹੀਨੇ ਲਗਾਤਾਰ ਆਨੇ ਹੋ? ਜਾਨ ਕਿ ਮਹੀਨੇ 'ਚ 2-4 ਵਾਰੀ ਆ ਜਾਂਦਾ ਜੀ। ਮੁੱਲਾ ਪਰ ਗੇੜਾ ਲੱਗਦਾ ਲੁਧਿਆਣੇ ਤੋਂ, ਅਸੀਂ ਜਦੋਂ ਵੀ ਗੇੜਾ ਲੱਗਦਾ ਅਸੀਂ ਪੀ ਕੇ ਖਾ ਕੇ ਜਾਂਦੇ ਜਾਣਗੇ ਜੀ। ਜੂਸ ਕਿੱਦਾਂ ਦਾ ਲੱਗ ਰਿਹਾ? ਨੋਰਮਲੀ ਆਪਾਂ ਦੇਖਦੇ ਜੋ ਜੂਸ ਪੀਂਦੇ ਨੇ, ਪਰ ਇਹ ਚਮਚ ਨਾਲ ਖਾਧਾ ਜਾ ਰਿਹਾ, ਕਿੱਦਾਂ ਦਾ ਲੱਗ? ਪਰ ਇਹ ਹੈ ਹੀ ਸਪੈਸ਼ਲ ਜਿਹੜਾ ਬਣਾਉਂਦੇ ਨੇ ਇਹ, ਤੇ ਮੈਂ ਪਹਿਲਾਂ ਹੀ ਬਹੁਤ ਵਾਰੀ ਆ ਗਿਆ, ਤੇ ਜਦੋਂ ਵੀ ਲੰਗੀ ਦਾ ਮੁੱਲਾਪੁਰੋਂ ਖਾ ਕੇ ਜਾਈਦਾ ਨਾ ਕੋਲ ਸਪੈਸ਼ਲ। ਕਿੱਦਾਂ ਦਾ ਮਤਲਬ ਕਿ ਟੇਸਟ ਲੱਗ ਰਿਹਾ ਆਪਣੇ ਪੂਰੇ ਪੰਜਾਬ ਦੇ ਵਿੱਚ ਹੈਗਾ ਇਦਾਂ ਦਾ ਟੇਸਟ? ਨਹੀਂ, ਮੈਂ ਲੁਧਿਆਣੇ ਵੀ ਖਾਂਦੇ ਰਹਿੰਦੇ ਆ, ਪਰ ਇਦਾਂ ਦਾ ਨਹੀਂ ਹੁੰਦਾ। ਇਹਦੇ ਵਿੱਚ ਜਿਹੜਾ ਨਾ ਸਪੈਸ਼ਲ ਇੱਕ ਬਣਾ ਕੇ ਮੇਰੇ ਖਿਆਲ ਨਾਲ ਪਾਉਂਦੇ ਚੀਜ਼, ਉਹਦਾ ਟੇਸਟ ਸਾਰਿਆਂ ਤੋਂ ਅਲੱਗ ਹੋ ਕੇ ਤਾਂ ਉਦਾਂ ਮਿਲਦਾ ਵੀ ਨਹੀਂ ਖਾਣ ਨੂੰ। ਭਾਜੀ ਨੇ ਕਿਹਾ ਕਿ ਹੈ ਨਾ ਇੱਕ ਵਾਰੀ ਖਾ ਕੇ ਸਾਰੀ ਦਿਹਾੜੀ ਭੁੱਖ ਨਹੀਂ ਲੱਗਦੀ, ਗੱਲ ਸੱਚ ਹੈ? ਨਹੀਂ, ਖਾਧਾ ਜਾਂਦਾ, ਬਿਲਕੁਲ ਸਵਾਦ ਹੈ ਉਸ ਤੋਂ ਬਾਅਦ ਵੀ, ਤੇ ਇਹ ਵੀ ਇਹਦੇ ਵਿੱਚ ਡਰਾਈ ਫਰੂਟ ਵੀ ਇੰਨੇ ਜ਼ਿਆਦਾ ਪਾਏ ਹੋਏ ਆ ਤਾਂ ਖਾਣ ਨੂੰ ਜੀ ਨਹੀਂ ਕਰਦਾ ਹੋਰ ਕੁਛ। ਸਵਾਲੋ ਜੀ, ਅਸੀਂ ਲੋਕਾਂ ਨਾਲ ਵੀ ਗੱਲ ਕਰ ਲਈਏ, ਜਿਵੇਂ ਕਿ ਲੋਕਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਟੇਸਟੀ ਹੁੰਦਾ ਜੂਸ ਦੀ ਆਪਾਂ ਗੱਲ ਕਰੀਏ, ਜੂਸ ਲੋਕ ਪੀਂਦੇ ਨੇ, ਪਰ ਇੱਕ ਇੱਦਾਂ ਦਾ ਜੂਸ ਆ ਜਿਹੜਾ ਤਿਆਰ ਕੀਤਾ ਜਾ ਰਿਹਾ, ਜਿਹਨੂੰ ਸਰਬਲੋ ਦੇ ਭਾਂਡੇ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ, ਜੋ ਕਿ ਪੀੜਦਾ ਨਹੀਂ ਜਾਂਦਾ, ਸਗੋਂ ਜਿਹੜਾ ਚਮਚ ਦੇ ਨਾਲ ਜਿਹੜਾ ਖਾਧਾ ਜਾਂਦਾ। ਸੋ ਹੋਰ ਵੀ ਦੇਖਾਂਗੇ, ਤੁਸੀਂ ਦੇਖ ਸਕਦੇ ਹੋ ਗੱਡੀ ਬਾਈਕਾਂ ਕਿੰਨੀਆਂ ਜ਼ਿਆਦਾ ਖੜੀਆਂ ਨੇ ਇੱਥੇ, ਕਿ ਲੋਕ ਦੂਰੋਂ ਦੂਰੋਂ ਖਾਣਾ ਨੇ। ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਇਹ ਦੱਸੋ ਕਿੱਧਰੋਂ ਆਏ ਹੋ ਸਪੈਸ਼ਲੀ ਸਰਬਲੋ ਦੇ ਭਾਂਡੇ ਦੇ ਵਿੱਚ? ਅਸੀਂ ਲੋਕਲ ਹੀ ਆ, ਪਰ ਅਸੀਂ ਜਦੋਂ ਵੀ ਇੱਧਰ ਦੀ ਲੰਘਦੇ ਹਾਂ ਬਾਬਾ ਜੀ ਕੋਲੇ ਪੱਕਾ ਰੁੱਕ ਕੇ ਜਾਂਦੇ ਹਾਂ ਅਸੀਂ ਹਰ ਵਾਰ। ਬਾਕੀ ਟੇਸਟ ਹੀ ਬਹੁਤ ਵਧੀਆ ਬਾਬਾ ਜੀ ਦਾ, ਯਾਨੀ ਸਫਾਈ ਬਹੁਤ, ਸਫਾਈ ਵੀ ਬਹੁਤ ਵਧੀਆ ਇਹਨਾਂ ਦੀ, ਅਤੇ ਬਣਾਉਣ ਦਾ ਤਰੀਕਾ ਬਹੁਤ ਵਧੀਆ ਇਹਨਾਂ ਦਾ, ਜੂਸ ਵਗੈਰਾ ਹਰ। ਇੱਥੇ ਤਾਂ ਤਕਰੀਬਨ ਸਾਨੂੰ ਖੜ੍ਹਨਾ ਪੈਂਦਾ ਬਹੁਤ ਟਾਈਮ, 10-10, 15-15, 20-20 ਮਿੰਟ ਖੜ੍ਹਨਾ ਪੈਂਦਾ ਸਾਨੂੰ ਬਾਬੇ ਕੋਲੇ, ਪਹਿਲਾਂ ਆ ਕੇ ਖੜ੍ਹ ਕੇ ਨਾ, ਫਿਰ ਸਾਡਾ ਟਾਈਮ ਸਾਨੂੰ ਚੀਜ਼ ਮਿਲਦੀ ਹੈ ਜੀ। ਰੈਗੂਲਰ ਕਸਟਮਰ ਹੋ ਬਾਬਾ ਜੀ? ਹਾਂਜੀ ਹਾਂਜੀ, ਰੈਗੂਲਰ ਜਦੋਂ ਵੀ ਆਉਂਦੇ ਅਸੀਂ ਲੰਘਦੇ ਕਰਦੇ ਸੀ, ਪੱਕਾ ਇਹਨਾਂ ਤੋਂ ਜੂਸ ਪੀ ਕੇ ਜਾਂਦੇ ਜੀ। ਹਾਂਜੀ।